ਗੁਰਦਾਸਪੁਰ ਦੇ ਪਿੰਡ ਹੱਲੇ ਵਿੱਚ ਰਹਿਣ ਵਾਲਾ ਨੌਜਵਾਨ rahul ਉਸ ਨੇ ਸਟ ਪਾਵਰ ਲਿਫਟਿੰਗ ਵਿੱਚ ਕਈ ਮੈਡਲ ਜਿੱਤ ਚੁੱਕਾ ਹੈ ਪਰ ਸਰਕਾਰ ਵੱਲੋਂ ਕੋਈ ਸਹਾਇਤਾ ਨਾ ਮਿਲਣ ਕਰਕੇ ਕਾਫੀ ਨਿਰਾਸ਼ ਹੈ rahul ਦਾ ਕਹਿਣਾ ਹੈ ਕਿ ਇੱਕ ਮੀਡਲ ਕਲਾਸ ਫੈਮਲੀ ਤੋਂ ਹੋਣ ਕਰਕੇ ਉਸ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਦਾ ਸੁਪਨਾ ਹੈ ਕਿ ਉਹ ਭਾਰਤ ਲਈ ਵਰਲਡ ਚੈਂਪੀਅਨਸ਼ਿਪ ਵਿੱਚ ਵੀ 골ਡ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕਰੇ ਉਹਨਾਂ ਨੇ ਪੰਜਾਬ ਸਰਕਾਰ ਅੱਗੇ ਬੇਨਤੀ ਕੀਤੀ ਹੈ ਕਿ ਮੈਨੂੰ ਨੌਕਰੀ ਦਿੱਤੀ ਜਾਵੇ ਤਾ ਜੋ ਕਿ ਮੈਂ ਹੋਰ ਮਿਹਨਤ ਕਰਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਾਂ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਲੈ ਭਾਰਤ ਮੈਨੂੰ ਕੀ ਨਾ ਤਦ ਤੇ ਕਿਹੜੀ ਵੀ ਅੰਗਰੀਏ ਰੁੱਸ ਫੇਲ ਦੋ ਪਹਿਲੀ ਗੱਲ ਤੋਂ ਮੈਂ ਜਨਤਾ ਦੀ ਆਵਾਜ਼ ਟੀਵੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਨਮਸਕਾਰ ਸਤਿ ਸ੍ਰੀ ਅਕਾਲ ਮੈਂ ਰਾਹੁਲ ਸ਼ੇਸ਼ਟਪਿੰਡ ਹਲੇਚੇਈ ਤੋਂ ਬਿਲੋਂਗ ਕਰਦਾ ਹਾਂ ਔਰ ਮੇਰੀ ਉਮਰ ਜੋ 25 ਸਾਲ ਹੈ ਮੈਂ ਇੱਕ ਪਾਵਰ ਲਿਫਟਿੰਗ ਦਾ ਆਲ ਇੰਡੀਆ ਸੀਨੀਅਰ ਨੈਸ਼ਨਲ ਲੈਵਲ ਦਾ ਖਿਡਾਰੀ ਹਾਂ ਮੇਰੇ ਲਗਾਤਾਰ 2 ਸਾਲ ਆਲ ਇੰਡੀਆ ਸੀਨੀਅਰ ਨੈਸ਼ਨਲ ਦੇ ਵਿੱਚੋਂ 2 골ਡ 1 ਸਿਲਵਰ ਔਰ 1 ਬ੍ਰੌਂਜ਼ ਮੈਡਲ ਜੀ ਔਰ ਇਸ ਸਾਲ ਵੀ ਮੇਰੇ ਤੇ 2 골ਡ ਮੈਡਲ ਆਏ ਨੇ ਇਹ ਸਾਰਾ ਕੁਝ ਮੇਰੀ ਕੜੀ ਤਪੱਸਿਆ ਔਰ ਮੇਰੇ ਮਾਪੇ ਦੇ ਅਸ਼ੀਰਵਾਦ ਨਾਲ ਹੀ ਇਹ ਸਭ ਕੁਝ ਸੰਭਵ ਹੋਇਆ ਔਰ ਮੇਰੇ ਕੋਚ ਹੈਪੀ ਸਾਹਿਬ ਜੀ ਜੋ ਕਿ ਇਸੇ ਗਦਸਪੁਰ ਤੋਂ ਬਿਲੋਂਗ ਕਰਦੇ ਆ ਉਹਨਾਂ ਦੀ ਗਾਈਡੈਂਸ ਦੇ ਅੰਡਰ ਮੈਂ ਤਿਆਰੀ ਕਰ ਰਿਹਾ ਹਾਂ ਇਹ ਸਾਰਾ ਕੁਝ ਉਹਨਾਂ ਦੀ ਬਦੌਲਤ ਹੈ ਔਰ ਮੇਰੇ ਮਾਪੇ ਦੀ ਬਦੌਲਤ ਹੈ ਕਿਸ ਤਰ੍ਹਾਂ ਤੁਹਾਨੂੰ ਗੇਮ ਖੇਡਣ ਦਾ ਸ਼ੌਕ ਪਿਆ ਤੇ ਕਿਦੋਂ ਤੋਂ ਖੇਡ ਰਹੇ ਹੋ ਜੀ ਮੈਂ ਗੇਮ ਦੇ ਵਿੱਚ 2017 ਤੋਂ ਆਇਆ ਜੀ ਪਹਿਲਾਂ ਮੈਂ ਪੰਜਾਬ ਲੈਵਲ ਤੇ ਔਰ ਆਪਣੇ ਇੰਟਰ ਯੂਨੀਵਰਸਿਟੀ ਲੈਵਲ ਦੇ ਜਿਹੜਾ ਗੇਮ ਖੇਡਦਾ ਸੀਗਾ ਕਈ ਵਾਰ ਮੈਨੂੰ ਕਾੜੀ ਮਿਹਨਤ ਕਰਨ ਦੇ ਬਾਵਜੂਦ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਮੇਰਾ ਮੇਰੇ ਬਾਪ ਮਾਪ ਨੇ ਜਿਹੜਾ ਆਸ਼ੀਰਵਾਦ ਹੈ ਉਹਨਾਂ ਨੇ ਮੈਨੂੰ ਮੇਰੀ ਹਿੰਮਤ ਨਹੀਂ ਟੁੱਟਣ ਦਿੱਤੀ ਔਰ ਉਹਨਾਂ ਨੇ ਮੇਰੀ ਤਪੱਸਿਆ ਦੇ ਵਿੱਚ ਮੈਨੂੰ ਬਣਾਉਣ ਦੇ ਵਿੱਚ ਜੋ ਮੇਰਾ ਸਾਥ ਦਿੱਤਾ ਪਰ ਅੱਜ ਉਸੇ ਬਦੌਲਤ ਮੈਂ ਇਸ ਮੁਕਾਮ ਤੇ ਪਹੁੰਚਿਆ ਔਰ ਅੱਜ ਮੇਰੇ ਲਗਾਤਾਰ 2 ਸਾਲ ਆਲ ਇੰਡੀਆ ਸੀਨੀਅਰ ਨੈਸ਼ਨਲ ਦੇ ਵਿੱਚੋਂ ਲਗਾਤਾਰ ਮੈਡਲ ਨੇ ਔਰ ਮੇਰੀ ਅਗਲੀ ਜਿਹੜੀ ਉਪਲਬਧੀ ਹੈ ਉਹ ਕਾਮਨਵੈਲਥ ਜਾਂ ਵਰਲਡ ਚੈਂਪੀਅਨਸ਼ਿਪ ਦੀ ਹੋਵੇਗੀ ਜੋ ਕੈਨੇਡਾ ਦੇ ਵਿੱਚ ਹੋਣ ਜਾ ਰਹੀ ਹੈ ਔਰ ਮੈਂ ਜੋ ਵੀ ਇਨਸਾਰ ਟੀਵੀ ਦੇਖਦੇ ਚੈਨਲ ਨੇ ਉਹਨਾਂ ਸਾਰਿਆਂ ਨੂੰ ਇਹੋ ਹੀ ਅਪੀਲ ਕਰਦਾ ਕਿ ਮੇਰੇ ਲਈ ਦੁਆ ਕਰਨ ਕਿ ਮੇਰਾ ਆਲ ਵਰਲਡ ਚੈਂਪੀਅਨਸ਼ਿਪ ਦੇ ਵਿੱਚ 골ਡ ਮੈਡਲ ਆਏ ਤਾਂ ਜੋ ਮੈਂ ਆਪਣੇ ਪੰਜਾਬ ਦਾ ਔਰ ਆਪਣੇ ਇੰਡੀਆ ਦਾ ਆਪਣੇ ਪਿੰਡ ਦਾ ਨਾਮ ਰੋਸ਼ਨ ਕਰ ਸਕਾਂ ਆਪਣੇ ਮਾਪੇ ਦਾ ਨਾਮ ਰੋਸ਼ਨ ਕਰ ਸਕਾਂ ਗੇਮ ਦੌਰਾਨ ਤੁਹਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਜੀ ਮੈਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਮੇਰੇ ਫਾਦਰ ਸਾਹਿਬ ਜੋ ਪੰਜਾਬ ਪੁਲਿਸ ਦੇ ਵਿੱਚ ਚੋਕ ਕਰਦੇ ਨੇ ਮੈਂ ਇੱਕ ਬਿਲਕੁਲ ਮਿਡਲ ਕਲਾਸ ਫੈਮਿਲੀ ਤੋਂ ਜੋ ਹੈ ਬਿਲੋਂਗ ਕਰਦਾ ਮੈਨੂੰ ਇਸ ਦੇ ਵਿੱਚ ਵਿੱਤੀ ਤੌਰ ਤੇ ਕਾਫੀ ਵਾਰ ਕਈ ਸਾਲ ਲਗਾਤਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਰਿਹਾ ਕਈ ਵਾਰ ਘਰਾਂ ਦੇ ਹਾਲਾਤ ਐਜੋ ਜੀ ਹੁੰਦੇ ਨੇ ਕਈ ਵਾਰ ਕਿਸੇ ਡਾਕਟਰ ਲਈ ਜਾਂ ਕਿਸੇ ਚੀਜ਼ ਲਈ ਪੈਸੇ ਨਹੀਂ ਹੁੰਦੇ ਮੈਂ ਪੰਜਾਬ ਸਰਕਾਰ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਕਿ ਮੇਰੀ ਇਸ ਉਪਲਪਤੀ ਨੂੰ ਵੇਖਦੇ ਹੋਏ ਮੇਰੀ ਇਸ ਅਚੀਵਮੈਂਟ ਨੂੰ ਦੇਖਦੇ ਹੋਏ ਮੇਰੀ ਵਿੱਤੀ ਤੌਰ ਤੇ ਸਹਾਇਤਾ ਕੀਤੀ ਜਾਵੇ ਤਾਂ ਜੋ ਮੈਂ ਆਪਣੀ ਅਗਲੀ ਅਚੀਵਮੈਂਟ ਕਾਮਨਵੈਲਥ ਔਰ ਵਰਲਡ ਚੈਂਪੀਅਨਸ਼ਿਪ ਜੋ ਹੋਣ ਜਾ ਰਹੀ ਹੈ ਉਹਦੇ ਵਿੱਚ ਬਿਹਤਰੀਨ ਤੌਰ ਤੇ ਜੋ ਆਪਣੀ ਪਰਫਾਰਮੈਂਸ ਦੇ ਸਕਾਂ ਨਾਮ ਜੋ ਹੈ ਰੋਸ਼ਨ ਕਰ ਸਕਾਂ ਮੈਂ ਭਾਰਤ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਮੈਨੂੰ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਨੌਕਰੀ ਦੇ ਲਈ ਫਾਇਰ ਕੀਤਾ ਜਾਵੇ ਇਹ ਮੇਰੀ ਇੱਕ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੀ ਇਸ ਉਪਲਬਧੀ ਨੂੰ ਦੇਖਦੇ ਹੋਏ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਮੈਨੂੰ ਅਗਰ ਸਰਕਾਰ ਹਾਇਰ ਕਰਦੀ ਹੈ ਤੁਮ ਆਪਣਾ ਖਰਚਾ ਖੁਦ ਚੁੱਕ ਕੇ ਅੱਗੇ ਜਾਣ ਦੇ ਲਈ ਆਪਣਾ ਜੋ ਮੇਰਾ ਰਾਹ ਹੈ वर्ल्ड ਚੈਂਪੀਅਨਸ਼ਿਪ ਦਾ ਜਾਂ ਕਮਨਵੈਲਥ ਦਾ ਉਹਦੇ ਵਿੱਚ ਆਪਣੇ ਮਾਪੇ-ਮਾਪ ਦਾ ਨਾਮ ਰੋਸ਼ਨ ਕਰ ਸਕਾਂ ਕਿਉਂਕਿ ਜੋ ਇੱਕ ਮੀਡਲ ਕਲਾਸ ਫੈਮਿਲੀ ਦੇ ਵਿੱਚ ਉੱਠ ਕੇ ਵਿੱਤੀ ਤੌਰ ਤੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਇਸ ਇਸ ਪਰੇਸ਼ਾਨੀ ਦਾ ਸਾਹਮਣਾ ਨਾ ਕਰਾਂ ਵਰ ਆਪਣੀ ਮੰਜ਼ਿਲ ਵੱਲ ਧਿਆਨ ਰੱਖ ਸਕਾਂ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੇਰਾ ਨੌਜਵਾਨ ਪੀੜੀ ਨੂੰ ਖਾਸ ਚੋੜ ਕੇ ਇਹ ਹੀ ਅਪੀਲ ਹੈ ਕਿ ਜੋ ਕੀ ਪਲੱਸ 2 ਤੋਂ ਬਾਅਦ ਜਾਂ ਕਿਸੇ ਵੀ ਡਿਗਰੀ ਤੋਂ ਬਾਅਦ ਬਾਹਰ ਚਲੇ ਜਾਂਦੇ ਨੇ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈ ਜਾਂ ਕੈਨੇਡਾ ਦੀ ਫਾਈਲ ਲਾ ਦਿਓ ਜਾਂ ਆਸਟ੍ਰੇਲੀਆ ਦੀ ਫਾਈਲ ਲਾ ਦਿਓ ਪੰਜਾਬ ਦੀ ਧਰਤੀ ਛੱਡ ਕੇ ਬਾਹਰ ਚਲ ਜਿਓ ਇਹ ਇੱਕ ਕੋਈ ਆਪਸ਼ਨ ਨਹੀਂ ਹੈ ਦੈਟਸ ਨਾਟ ਅ ਪ੍ਰੂ ਵੇ ਮੈਂ ਪੰਜਾਬ ਦੀ ਯੂਥ ਨੂੰ ਇਹ ਹੀ ਅਪੀਲ ਕਰਦਾ ਕਿ ਜਿੰਨਾ ਹੋ ਸਕੇ ਹਰ ਫੀਲਡ ਦੇ ਵਿੱਚ ਤੁਸੀਂ ਜਿਸ ਵੀ ਮਿਹਨਤ ਫੀਲਡ ਦੇ ਵਿੱਚ ਮਿਹਨਤ ਕਰ ਰਹੇ ਹੋ ਚਾਹੇ ਉਹ ਗੇਮ ਹੈ ਚਾਹੇ ਉਹ ਸਟੱਡੀ ਹੈ ਜਾਂ ਕਿਸੇ ਵੀ ਫੀਲਡ ਦੇ ਵਿੱਚ ਕਿੰਨੀ ਮਿਹਨਤ ਕਰ ਰਹੇ ਹੋ ਉਹ ਪ੍ਰੇਸ਼ਾਨੀਆਂ ਜਰੂਰ ਆਣਗੀਆਂ ਪਰ ਇੱਕ ਦਿਨ ਮੰਜ਼ਿਲ ਤੁਹਾਡਾ ਕਦਮ ਜ਼ਰੂਰ ਚੁੰਮੇਗੀ ਜੇ ਤੁਸੀਂ ਸੱਚੇ ਦਿਲ ਦੇ ਨਾਲ ਦ੍ਰਿੜ ਨਿਸ਼ਟਾ ਦੇ ਨਾਲ ਤੁਸੀਂ ਮਿਹਨਤ ਕਰਦੇ ਹੋ ਤੇ ਅਕਲ ਜੀ ਤੁਹਾਡਾ ਬੇਟਾ ਜੂਆ ਜਿੱਤ ਕੇ ਆਵਾ 골ਡ ਮੈਡਲ ਲੈ ਕੇ ਆਇਆ ਵਾ ਕਾਫੀ ਚੰਗਾ ਪਲੇਅਰ ਆ ਉਸ ਬਾਰੇ ਕੀ ਕਹਿਣਾ ਚਾਹੋਗੇ ਅੱਲਾਹ ਤੇ ਮੈਂ ਨੌਜਵਾਨ ਪੀੜੀ ਨੂੰ ਇਹੋ ਹੀ ਕਹਿਣਾ ਚਾਹਾਂਗਾ ਕਿ ਹਰ ਨੌਜਵਾਨ ਜਿਹੜੇ ਅਜੇ ਦਾ ਯੋਗ ਤੇ ਬਚਨ ਨਸ਼ਾ ਤਿਆਗ ਕੇ ਤੇ ਗੇਮਾਂ ਵਾਲੇ ਪਾਸੇ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਮੇਰਾ ਬੇਟਾ ਗੇਮ ਖੇਡ ਕੇ ਆਇਆ ਨੈਸ਼ਨਲ 골ਡ ਮੈਡਲ ਲੈ ਕੇ ਆਇਆ ਦੋ ਵਾਰੀ ਮੈਂ ਉਹਨਾਂ ਨੂੰ ਵੀ ਬੱਚਿਆਂ ਨੂੰ ਇਹੋ ਹੀ ਕਹਾਂਗਾ ਕਿ ਜਿੱਤਨਾ ਇਹ ਗੋਲਡ ਮੈਡਲ ਲੈ ਕੇ ਆਇਆ ਉਸੇ ਤਰ੍ਹਾਂ ਹਰ ਬੱਚਾ ਜਿਹੜਾ ਗੋਲਡ ਮੈਡਲ ਦੀ ਤਰ੍ਹਾਂ ਗੇਮ ਖੇਡੇ ਆਪਣੇ ਪੰਜਾਬ ਦਾ ਦੇਸ਼ ਦਾ ਨਾਮ ਉੱਚਾ ਕਰੇ ਤੇ ਕਈ ਨੌਜਵਾਨਾ ਜੋ ਗੇਮਾਂ ਛੱਡ ਕੇ ਜ਼ਿਆਦਾਤਰ ਨਸ਼ੇ ਵੱਲ ਜਾਂਦੇ ਆ ਉਹਦੀ ਕੀ ਵਜ੍ਹਾ ਮੰਨਦੇ ਹੋ ਉਹ ਕੋਈ ਇਹ ਤਾਂ ਕਿਸੇ ਦੇ ਜਿਹੜੇ ਸੋਸਾਇਟੀ ਗਲਤ ਦੇ ਵਿੱਚ ਚੱਲ ਜਾਂਦੇ ਆ ਉਹਨੂੰ ਇੱਕ ਜਿਹੜਾ ਸਾਥ ਮਾੜਾ ਮਿਲ ਜਾਂਦਾ ਤਾਂ ਉਹ ਨਸ਼ਾ ਇੱਕ ਦੂਜੇ ਨੂੰ ਜਿਹੜਾ ਖਵਾਉਣਾ ਸ਼ੁਰੂ ਕਰ ਦਿੰਦੇ ਤਾਂ ਬੱਚੇ ਜਿਹੜੇ ਆਪਣੀ ਜ਼ਿੰਦਗੀ ਮੈਂ ਪੰਜਾਬ ਸਰਕਾਰ ਨੂੰ ਇਹੋ ਹੀ ਬੇਨਤੀ ਕਰਨੀ ਚਾਹਾਂਗਾ ਜਿਹੜੇ ਚੰਗੇ ਖਿਡਾਰੀ ਐ ਉਹਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ ਤਾਂ ਕਿ ਜਿਹੜਾ ਨੌਜਵਾਨ ਪੀੜੀ ਐ ਹਰ ਨੌਜ ਖਿਡਾਰੀ ਵਾਲ ਵੇਖ ਕੇ ਉਹ ਗੇਮਾਂ ਛੱਡਣ ਤੇ ਆਪਣੇ ਨਸ਼ਾ ਤਿਆਗ ਦੇਣ ਨਸ਼ਾ ਨੂੰ ਬਿਲਕੁਲ ਨਾ ਕਰ ਦੇਣ ਤੇ ਗੇਮਾਂ ਨਾਲ ਧਿਆਨ ਦੇਣ ਵੱਤਵੱਤ ਤਾਂ ਕਿ ਹਰ ਨੌਜਵਾਨ ਜਿਹੜਾ ਗੇਮ ਖੇਡੇ ਤੇ ਆਪਣੇ ਪੰਜਾਬ ਦਾ ਦੇਸ਼ ਦਾ ਜ਼ਿਲ੍ਹੇ ਦਾ ਨਾਂ ਰੋਸ਼ਨ ਕਰੇ ਮਾਂ ਬਾਪ ਦਾ ਨਾਂ ਰੋਸ਼ਨ ਕਰੇ ਪੜ੍ਹ ਲਿਖ ਕੇ ਆਪਣਾ ਜਿਹੜਾ ਜਿਤਨਾ ਸਾਡੇ ਪੰਜਾਬ ਸਰਦਾਰ ਮਿਰਖਾ ਸਿੰਘ ਜੀ ਸੁਰਗਵਾਸੀ ਹੁਣ ਉਹਨਾਂ ਨੇ ਵਰਲਡ ਲੈਵਲ ਦਾ ਜਿਹੜਾ ਨਾਂ ਆਪਣੇ ਇੰਡੀਆ ਦਾ ਨਾਂ ਚਮਕਾਇਆ ਪੀਟੀ 우ષા ਜੀ ਨੇ ਆਪਣਾ ਨਾਂ ਦੇਸ਼ ਦਾ ਚਮਕਾਇਆ ਉਸੇ ਤਰ੍ਹਾਂ ਮੈਂ ਸਾਰੇ ਰੁਸਤਮੇਂਦਨ ਭਾਰਤ ਜਿਹੜੇ ਰਹ ਚੁਕੇ ਉਸ ਵਰਗੇ ਸਰਦਾਰ ਦਾਰਾ ਸਿੰਘ ਜੀ ਉਹਨਾਂ ਨੇ ਜਿੱਤਰਾ ਆਪਣੇ ਦੇਸ਼ ਦਾ ਨਾਂ ਚਮਕਾਇਆ ਉਸੇ ਤਰ੍ਹਾਂ ਨੌਜਵਾਨ ਪੀੜੀ ਨੂੰ ਕਹਾਂਗਾ ਵੀ ਵੱਤਵਤ ਕੀ ਮਾਹੀ ਸਦਨ ਔਰ ਸਰਕਾਰ ਨੂੰ ਚਾਹੀਦਾ ਵੀ ਹਰ ਨੌਜਵਾਨ ਗੇਮ ਖੇਡਣ ਵਾਲੇ ਨੂੰ ਵਿੱਤੀ ਸਹਾਤਾ ਦੇਣ ਤੇ ਗਿਆ ਮਲ ਤਾਂ ਵੱਤਵਤ ਜਿਹੜੀ ਨੌਜਵਾਨ ਪੀੜੀ ਬਹੁਤ ਚੱਕੀ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨਾ ਚਾਹਤ ਹਾਂ ਚਾਹੂਗਾ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਜਿਹੜੇ ਨੌਜਵਾਨ ਗੇਮਾਂ 'ਚ ਵੱਧ ਤੋਂ ਵੱਧ ਹਿੱਸਾ ਲੈਂਦੇ ਆ ਚੰਗਾ ਖੇਡਦੇ ਆ ਤੇ ਜਿਦ ਤਰ੍ਹਾਂ ਮੇਰਾ ਬੇਟਾ ਗੇਮ ਖੇਡ ਕੇ ਆਇਆ ਇਹਨੂੰ ਹੀ ਪੰਜਾਬ ਸਰਕਾਰ ਕੇ ਨਾ ਕੇ ਮਹਿਕਮੇ 'ਚ ਨੌਕਰੀ ਦਵੇ ਤਾਂ ਕਿ ਹਰ ਨੌਜਵਾਨ ਜਿਹੜਾ ਆਪਣੀ ਗੇਮ ਖੇਡ ਕੇ ਆਪਣੀ ਨੌਕਰੀ ਦੇ ਲਈ ਜਾ ਸਕੇ ਮੈਂ ਰਾਸ਼ਟਰਪਤੀ ਦੁਆਰਾ ਸਨਮਾਨਿਤ ਸ਼ੌਰਿਆ ਚੱਕਰ ਨਾਲ ਯੋਧ ਵੀਰ ਸਿੰਘ ਪਿੰਡ ਹੱਲੇ ਤੋਂ ਸਾਡੇ ਰੂਪ ਰੂ ਹੋ ਰਿਆਂ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਐ ਇਸ ਗੱਲ ਦਾ ਪਤਾ ਲੱਗਾ ਜਿੱਦੋਂ ਕਿ ਮੇਰੇ ਪਿੰਡ ਦਾ ਰਾਹੁਲ ਵਿਸ਼ਿਸ਼ਟ ਜੀ ਜਿਹੜੇ ਬਿੱਤਾ ਜੀ ਪੁਲਿਸ ਦੇ ਐਸਆਈ ਨੇ ਉਹਨਾਂ ਦੀ ਮੰਮੀ ਜਿਹੜੀ ਆ ਉਹ ਸੀਡੀਪੀ ਆਫਿਸ ਦੇ ਵਿੱਚ ਸੁਪਰਵਾਈਜ਼ਰ ਦਾ ਕੰਮ ਕਰਨ ਦੇ ਨੇ ਪਿੰਡ 'ਚ ਵੀ ਰਹਿ ਗਿਆ ਬੜੇ ਸੋਸ਼ਲ ਤੇ ਬੜੇ ਸਮਾਜਿਕ ਤੇ ਬੜੇ ਸੇਵਾ ਕਰਨ ਵਾਲਾ ਪਰਿਵਾਰ ਐ ਸਾਰਿਆਂ ਦਾ ਉਹਨਾਂ ਤੇ ਪ੍ਰਮਾਤਮਾ ਦੀ ਇੰਨੀ ਕਿਰਪਾ ਹੋਈ ਐ ਤੇ ਅੱਜ ਉਹ ਨੈਸ਼ਨਲ ਦੇ ਵਿੱਚੋਂ 골ਡ ਮੈਡਲ ਲੈ ਕੇ ਤੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਨਾਟ ਇਨ आवर ਵਿਲੇਜ ਬਟ ਆਲਸੋ ਇਨ आवर ਡਿਸਟ੍ਰਿਕਟ ਪੰਜਾਬ ਜਿਹੜਾ ਕਿ ਨੈਸ਼ਨਲ ਖੇਡ ਕੇ ਆ ਔਰ ਮੈਂ ਪ੍ਰਮਾਤਮਾ ਗੇ ਅਰਦਾਸ ਵੀ ਕਰਦਾ ਹਾਂ ਰਨ ਹੌਸਲਾ ਫਿਰ ਵੀ ਦਿਨਾ ਕਿ ਇਹ ਬਹੁਤ ਜਲਦੀ ਤਰੱਕੀ ਬਖਸ਼ਣ ਤੇ ਇੰਟਰਨੈਸ਼ਨਲ ਵੀ ਖੇਡ ਕੇ ਇਹ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਨਾ ਜਿਹੜਾ ਕਿ ਪਾਵਰ ਵਿਫਟ ਦੇ ਵਿੱਚ ਅਨ ਦੀ ਸਿਹਤ ਵੀ ਅੱਛੀ ਆ ਮੈਂ ਸਰਕਾਰ ਨੂੰ ਵੀ ਅਪੀਲ ਕਰਾਂਗਾ ਇਹਨਾਂ ਦੇ ਪਰਿਵਾਰ ਨੂੰ ਵੇਖਦੇ ਹੋਏ ਇਹਨਾਂ ਦੇ ਸਰਕਮਸਟੈਂਸਸ ਨੂੰ ਦੇਖਦੇ ਹੋਏ ਇਹਨਾਂ ਨੂੰ ਬਹੁਤ ਜਲਦੀ ਗਵਰਨਮੈਂਟ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਪ੍ਰੇਫਰ ਕਰਾਂਗੇ ਅਗਰ ਪੁਲਿਸ ਦੇ ਵਿੱਚ ਐਜ਼ ਅ ਡੀਐਸਪੀ ਨੂੰ ਸਿਲੈਕਟ ਕਰਦੇ ਜਿਸ ਤਰ੍ਹਾਂ ਸਪੋਰਟਸ ਕੋਰਟ ਦੇ ਵਿੱਚ ਕਰਦੇ ਆ ਤੇ ਇਸੇ ਤਰ੍ਹਾਂ ਹੀ ਉਧਰ ਇਹਨਾਂ ਨੂੰ ਬਹੁਤ ਜਲਦੀ ਅਪਾਇੰਟ ਕਰਕੇ ਅਪਾਇੰਟਮੈਂਟ ਦੇ ਕੇ ਤਾਂ ਕਿ ਹੋਰ ਵੀ ਸਮਾਜ ਦੀਆਂ ਸੇਵਾ ਕਰ ਸਕਣ ਮੈਂ ਇਹਨਾਂ ਸ਼ਬਦਾਂ ਨਾਲ ਪੂਰੇ ਪਰਿਵਾਰ ਨੂੰ ਤੁਹਾਨੂੰ ਸਾਰੇ ਸੁਣਨ ਵਾਲਿਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ